ਕਿ ਇਹ ਪਰਾਲੀ ਜਿਹੜੀ ਹੈ ਡੈਂਪ ਕਰਕੇ ਇਸ ਤਰ੍ਹਾਂ ਦੇ ਸਾਡੇ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਅਤੇ ਫਾਜ਼ਿਲਕਾ ਜ਼ਿਲ੍ਹੇ ਵਿੱਚ 13 ਸੈਂਟਰ ਬਣਾਏ ਗਏ ਹਨ। ਇਹ ਪਰਾਲੀ ਨੂੰ ਡੈਂਪ ਕਰਕੇ ਬਾਅਦ 'ਚ ਹਕੂਮਤ ਸਿੰਘ ਵਾਲਾ ਸਾਡੇ ਪਾਵਰ ਪਲਾਂਟ ਹੈ 18 ਮੈਗਾਵਾਟ ਦਾ, ਇਸ ਤਰ੍ਹਾਂ ਦਾ ਹੀ 18 ਮੈਗਾਵਾਟ ਦਾ ਸਾਡਾ ਜੈਤੋ ਹੈ ਅਤੇ 15 ਮੈਗਾਵਾਟ ਦਾ ਸਾਡੇ ਲੰਬੀ ਚੰਨੂ ਹੈ ਜੀ। ਕਿੰਨਾਂ ਦੀ ਦੇਖ ਰੇਖ ਜੀ ਸਾਰਾ ਇਸ ਸਾਰਾ ਦੇਖ ਰੇਖ ਜੀ ਸਾਰੀ ਜਿਹੜਾ ਪ੍ਰੋਜੈਕਟ ਦੇ ਮਾਲਕ ਨੇ ਰਮਿੰਦਰ ਸਿੰਘ ਆਵਲਾ ਜੀ ਸਾਬਕਾ MLA ਜਾਲਾਵਾਂ ਸਨ ਉਹਨਾਂ ਦੇ ਅੰਡਰ ਹੈ। ਇਹ ਕਿੰਨੇ ਦਿਨਾਂ ਤੋਂ ਸ਼ੁਰੂ ਹੋਇਆ ਸੀਗਾ ਤੇ ਅੱਜ ਤੱਕ ਕਿੰਨੀ ਕੁ ਕੰਬੈਸਟੀ ਤੇ ਜਿਹੜੀ ਇਹ ਗੱਠਾਂ ਕੱਠੀਆਂ ਕੀਤੀਆਂ ਜਾ ਚੁੱਕੀਆਂ? ਇਹ ਜਿਹੜਾ ਜਾਲਾਵਾ ਸੈਂਟਰ ਹੈ ਜੀ ਇਹ 10 ਦਿਨ ਤੋਂ ਹੀ ਸ਼ੁਰੂ ਹੋਇਆ ਤਕਰੀਬਨ ਅਤੇ 20 ਕੁ ਦਿਨ ਹੋਰ ਚੱਲੇਗਾ ਜੀ। ਅਤੇ ਸਾਡੇ ਕੋਲ 15,000 ਮੀਟਰ ਟਨ ਇੱਥੇ ਜੁੜ ਚੁੱਕਿਆ ਹੈ। ਇਹ ਕੋਸ਼ਿਸ਼ ਹੈ ਇਹਨੇ ਵਿੱਚ 25 ਤੋਂ 30,000 ਮੀਟਰ ਟਨ ਇੱਥੇ ਜੋੜਿਆ ਜਾ ਕੇ ਇਸੇ ਤਰ੍ਹਾਂ ਹੀ ਵੱਖ ਵੱਖ ਸੈਂਟਰਾਂ ਤੋਂ 30-30 ਹਜ਼ਾਰ ਮੀਟਰ ਟਨ ਤੋਲਿਆ ਆਪਣਾ ਤੋਲ ਕੇ ਰੱਖਿਆ ਜਾਏਗਾ। ਅਤੇ ਬਿੱਗ ਬੇਲ ਜਿਵੇਂ ਹੈ ਅਤੇ ਛੋਟੀ ਬੇਲ ਹੈ, ਇਸ ਤਰ੍ਹਾਂ ਦੇ ਵੱਖ ਵੱਖ ਆਪਣੇ ਪ੍ਰੋਜੈਕਟ ਜਿਹੜੇ ਆਏ ਆ ਨਵੇਂ ਜਿਵੇਂ ਕਿ ਆ ਬਿੱਗ ਬੇਲ ਵਾਲਾ ਹੈ, ਛੋਟਾ ਬੇਲ ਵਾਲਾ, ਇਸ ਤਰ੍ਹਾਂ ਦੇ ਦਿੱਤੇ ਗਏ ਹਨ। ਇਹ ਸਰ ਕਿੰਨੀ ਕੰਪੈਸਟੀ 'ਚ ਜਿਹੜੀ ਇਹ ਗੱਠ ਤਿਆਰ ਕੀਤੀ ਜਾਂਦੀ ਹੈ ਜੀ? ਕੰਪੈਸਟੀ ਕਿੰਨੇ ਵਜ਼ਨ 'ਚ? ਇਹ ਜਿਹੜੀ ਹੈ ਬਿੱਗ ਬੇਲ ਵਾਲੀ ਹੈ, ਇਹ ਬਿੱਗ ਬੇਲ ਸਾਡੀ 4 ਕੁਇੰਟਲ ਦੀ ਹੁੰਦੀ ਹੈ ਕਰੀਬ, ਅਤੇ ਸਮਾਲ ਬੇਗ ਜਿਹੜੀ ਉਹ 20 ਤੋਂ 25 ਕਿਲੋ। ਕਿਸ ਤਰ੍ਹਾਂ ਮਸ਼ੀਨ ਕੰਮ ਕਰਦੀ ਹੈ ਜੀ ਖੇਤ ਦੇ ਵਿੱਚ? ਖੇਤ 'ਚ ਜੀ ਪਹਿਲਾਂ ਰੀਪਰ ਮਾਰਿਆ ਜਾਂਦਾ, ਕਿਸਾਨ ਜੋ ਮਾਰ ਕੇ ਦਿੰਦਾ ਹੈ, ਉਸ ਤੋਂ ਬਾਅਦ 2 ਦਿਨਾਂ ਬਾਅਦ ਜਦੋਂ ਸੁੱਕ ਜਾਂਦੀ ਹੈ ਉਸ ਤਰ੍ਹਾਂ ਰੈਕਰ ਮਾਰਿਆ ਜਾਂਦਾ ਹੈ, ਉਹ ਮਸ਼ੀਨ ਵਾਲੇ ਮਾਰਦੇ ਹਨ। ਉਸ ਤੋਂ ਬਾਅਦ ਦੂਸਰੇ ਦਿਨ ਮਸ਼ੀਨ ਲਗਾਤਾਰ ਉਹਨੂੰ ਬਣਾਉਂਦੀ ਜਾਂਦੀ, ਅਤੇ ਪਿੱਛੇ ਪਿੱਛੇ ਸਾਡੇ ਟਰਾਲੇ ਆ ਜੋ ਕੰਪਨੀ ਦੇ ਆ ਜਾਂ ਕਿਰਾਏ 'ਤੇ ਰੱਖੇ ਗਏ ਹਨ ਜਿਨ੍ਹਾਂ ਨਾਲ ਲੋਕਾਂ ਨੂੰ ਰੁਜ਼ਗਾਰ ਮਿਲਿਆ, ਉਹ ਚੱਕ ਕੇ ਲੈ ਜਾਂਦੇ ਹਨ ਤੇ ਲੇਬਰਾਂ ਪਿੱਛੇ। ਇਸ ਜਦੋਂ ਪਹਿਲਾਂ ਗੱਠ ਖੇਤ ਵਿੱਚ ਮਸ਼ੀਨ ਜਾਂਦੀ ਹੈ, ਕੀ ਕੋਈ ਮੋਰਚਰ ਵੀ ਚੈੱਕ ਕੀਤਾ ਜਾਂਦਾ ਕੋਈ? ਨਹੀਂ ਜੀ, ਖੇਤ ਵਿੱਚ ਮੋਰਚਰ ਨਹੀਂ ਚੈੱਕ ਕੀਤਾ ਜਾਂਦਾ। ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋਂ ਰੀਪਰ ਵੱਜਦਾ ਉਸ ਤੋਂ 2 ਦਿਨ ਬਾਅਦ ਇਹਨੂੰ ਚੱਕਿਆ ਜਾਵੇ, ਕਿਉਂਕਿ ਇਸ ਵਿੱਚ ਮੋਰਚਰ ਹੁੰਦਾ ਉਹ ਖਤਮ ਹੋ ਜਾਵੇ। ਅਤੇ ਡੈਂਪ 'ਤੇ ਕੋਸ਼ਿਸ਼ ਕਰੀ ਦੀ ਘੱਟ ਤੋਂ ਘੱਟ ਮੋਰਚਰ ਇਸਦਾ ਨਿਕਲੇ, ਕਿਉਂਕਿ ਉਹ ਇਹ ਨਾ ਹੀਟ ਹੋਣ ਦਾ ਵੀ ਡਰ ਰਹਿੰਦਾ ਜੀ। ਵਿਧਾਇਕ ਰਮਿੰਦਰ ਆਵਲਾ ਜੀ ਵੱਲੋਂ ਇਹ ਉਪਰਾਲਾ ਕੀਤਾ ਗਿਆ, ਲੋਕ ਕਿਸ ਤਰ੍ਹਾਂ, ਕਿਸਾਨ ਕਿਸ ਤਰ੍ਹਾਂ, ਕਿੰਨਾ ਕੁ ਮਹਿਸੂਸ ਕਰ ਰਹੇ ਨੇ? ਮੈਂ ਅਸੀਂ ਜਾਣਦੇ ਹਾਂ ਜੀ ਪਿੰਡਾਂ ਦੇ ਵਿੱਚ ਮਸ਼ੀਨਾਂ ਚੱਲ ਰਹੀਆਂ ਹੁੰਦੇ ਮਗਰ ਜਾਂਦੇ ਹਾਂ, ਤਾਂ ਲੋਕ ਬਹੁਤ ਖੁਸ਼ ਹਨ ਕਿ ਰਮਿੰਦਰ ਆਵਲਾ ਜੀ ਨੇ ਇਹ ਜਿਹੜੇ ਪ੍ਰੋਜੈਕਟ ਲਿਆਉਂਦੇ ਹਨ ਉਹਨਾਂ ਨਾਲ ਲੋਕਾਂ ਨੂੰ ਰੁਜ਼ਗਾਰ ਮਿਲਿਆ ਅਤੇ ਕਿ ਫਸਲਾਂ ਨੂੰ ਅਤੇ ਕਿਸਾਨਾਂ ਨੂੰ ਬਹੁਤ ਫਾਇਦਾ ਹੋਵੇਗਾ, ਕਿਉਂਕਿ ਮਿੱਤਰ ਕੀੜੇ ਜਿਹੜੇ ਉਹ ਮਰ ਜਾਂਦੇ ਸੀ ਜਲਾਉਣ ਨਾਲ, ਇਸ ਨਾਲ ਫਸਲ ਜ਼ਮੀਨਾਂ ਵਿੱਚ ਨੁਕਸਾਨ ਨਹੀਂ ਹੁੰਦਾ। ਕੁਝ ਦਿਨਾਂ ਬਾਅਦ ਜਿਹੜੀ ਕਿ ਹੁਣ ਕਣਕ ਦੀ ਬਿਜਾਈ ਸ਼ੁਰੂ ਹੋਣ ਵਾਲੀ ਹੈ, ਕੀ ਕਿਸਾਨਾਂ ਨੂੰ ਅਪੀਲ ਕਰਨਾ ਚਾਹੋਗੇ ਜਿਹੜੀ ਕਿ ਪਰਾਲੀ ਨੂੰ ਅੱਗ ਲਾਈ ਜਾਂਦੀ ਸੀ? ਕਿਸਾਨਾਂ ਨੂੰ ਸਾਡੀਆਂ ਟੀਮਾਂ ਪਿੰਡਾਂ 'ਚ ਲੱਗੀਆਂ ਜਾਂਦੀਆਂ, ਹਰ ਰੋਜ਼ ਜਾਂਦੀਆਂ ਨੇ ਜੀ। ਉਹ ਕਿਸਾਨਾਂ ਨੂੰ ਕਿਹਾ ਜਾਂਦਾ ਕਿ 2 ਦਿਨ 4 ਦਿਨ 5 ਦਿਨ ਰੁਕ ਕੇ ਜਲਾਇਆ ਜਾਵੇ, ਕਿਉਂਕਿ ਜਲਾਉਣ ਨਾਲ ਨੁਕਸਾਨ ਹੀ ਨੁਕਸਾਨ ਹੈ, ਪ੍ਰਦੂਸ਼ਣ ਹੋਣਾ। ਇਸ ਕਰਕੇ ਹਰੇਕ ਟੀਮ ਨੂੰ ਇੱਕ ਬੇਲਰ ਦੇ ਮਗਰ ਦੋ ਟੀਮਾਂ ਪਿੰਡਾਂ 'ਚ ਅੱਗੇ ਅੱਗੇ ਚੱਲਦੀਆਂ ਹਨ ਜਿਹੜੀਆਂ ਕਿ ਕਿਸਾਨਾਂ ਨੂੰ ਅੱਗ ਲਾਉਣ ਤੋਂ ਰੋਕਿਆ ਜਾਂਦਾ। ਬਸ ਇਹ ਤਾਂ ਠੀਕ ਹੈ, ਬਾਕੀ ਦਿਹਾੜੀ ਥੋੜੀ ਘਾਟ ਹੈ, ਦਿਹਾੜੀ ਵਧਾਈ ਜਾਵੇ। ਹਾਂਜੀ, ਕਿੰਨੇ ਦਿਨਾਂ ਤੋਂ ਕੰਮ ਕਰ ਰਹੇ ਹੋ? ਪਹਿਲਾਂ ਕੀ ਕੰਮ ਕਰਦੇ ਸੀਗੇ? ਪਹਿਲਾਂ ਵੀ ਮੈਂ ਨਰਮੇ ਚੋਗਲੇ ਸੀ, ਤਾਈ ਲਾਈ ਦਾ ਸੀ, ਚੱਲ ਹੁਣ ਇੱਧਰ ਕੰਮ ਚੱਲ ਪਿਆ ਵਧੀਆ, ਹੁਣ ਇਹਦੇ ਕੰਮ ਚੱਲ ਰਹੇ। ਅੱਛਾ ਜੀ, ਤੇ ਕਿੰਨਾ ਕੁ ਮਹਿਸੂਸ ਕਰ ਰਹੇ ਹੋ ਜੇ ਤੁਹਾਨੂੰ ਘਰ ਦੇ ਨਾਲ ਲੱਗੇ ਹੀ ਕੰਮ ਮਿਲ ਗਿਆ? ਬਸ ਵਧੀਆ ਮਹਿਸੂਸ ਹੋਇਆ, ਅਸੀਂ ਤਾਂ ਰਾਜ਼ੀ ਹੈ, ਬਸ ਇਹੀ ਮੰਗ ਹੈ ਕਿ ਸਾਡੀ ਕੀ ਦਿਹਾੜੀ ਵਧਾਈ ਜਾਵੇ। ਕਿੰਨੀ ਦਿਹਾੜੀ ਮਿਲ ਰਹੀ ਹੈ ਇਸ ਟਾਈਮ? ਬਿਲਕੁਲ, ਬਸ ਵਾਅਦੇ ਤੇ ਪੂਰੇ ਲੱਥੇ ਨੇ। ਸਾਨੂੰ ਜੀ ਇੱਥੇ LED ਲੱਗੀ ਹੈ ਜੀ, LED ਤੋਂ ਪਤਾ ਲੱਗ ਗਿਆ ਕਿ ਗੱਠ ਬਣ ਗਈ ਆ। ਇਹ 5 ਤੋਂ 6 ਕੁਇੰਟਲ ਦੀ ਗੱਠ ਹੈ ਜੀ। ਧਾਗਾ ਜਿੰਨਾ ਵੀ ਸਾਰਾ ਸਿਸਟਮ ਇੱਕੋ ਵਾਰੀ ਕੰਪਿਊਟਰ ਇਹਦੇ ਵਿੱਚ ਫੀਡ ਕੀਤਾ ਹੋਇਆ ਸਾਰਾ ਕੁਝ? ਹਾਂਜੀ ਹਾਂਜੀ, ਸਾਰੇ ਸੈਂਸਰ ਲੱਗੇ ਹੋਏ ਆ, ਸਾਰੀ ਮਸ਼ੀਨ ਤੇ ਕੋਈ ਵੀ ਨੁਕਸ ਹੁੰਦਾ ਬਈ ਸੈਂਸਰ ਬੋਲ ਪੈਂਦਾ ਤੇ ਅੱਗੇ ਸ਼ੋ ਹੁੰਦਾ LED ਤੇ। ਅੱਛਾ ਜੀ, ਹਾਂਜੀ। ਤੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਹ ਚਲਾਉਂਦਿਆਂ ਨੂੰ? ਸਾਨੂੰ ਹੋ ਗਿਆ 1 ਮਹੀਨਾ ਤਕਰੀਬ ਹੋ ਗਿਆ। ਅੱਛਾ, ਤੇ ਹੁਣ ਤੱਕ ਕਿੰਨੀਆਂ ਕੁ ਗੱਠਾਂ ਤੁਸੀਂ ਤਿਆਰ ਕਰ ਚੁੱਕੇ ਹੋ, ਕਿੰਨਾ ਕੁ ਕਿਸ ਤਰੀਕੇ ਦਾ ਰਿਸਪੋਂਸ ਮਿਲ ਰਿਹਾ ਪਬਲਿਕ ਕੋਲੋਂ? ਬਹੁਤ ਵਧੀਆ ਰਿਸਪੋਂਸ ਮਿਲ ਰਿਹਾ, 3000 ਗੱਠ ਬਣਾ ਦਿੱਤੀ ਹੈ ਜੀ ਪੂਰੀ, ਤੇ ਤੁਸੀਂ ਆ ਵੇਖ ਵੀ ਨਹੀਂ ਸਕਦੇ ਹੋ LED ਤੇ ਸ਼ੋ ਹੋਈ ਜਾਂਦੀ ਹੈ। ਅੱਛਾ, 3000 ਗੱਠ ਬਣ ਗਈ ਹੈ ਤੇ ਬਹੁਤ ਵਧੀਆ।
ਜਾਨੀ ਕਿ ਲੋਕ ਤੁਹਾਡਾ ਕਿਸਾਨ ਸਹਿਯੋਗ ਦੇ ਰਹੇ ਇਸ ਕੰਮ ਦੇ ਵਿੱਚ? ਹਾਂਜੀ ਹਾਂਜੀ, ਬਹੁਤ ਜ਼ਿਆਦਾ ਦੇ ਰਿਹਾ। ਪਰਾਲੀ ਨੂੰ ਖਤਮ ਕਰਨਾ ਅਕਸਰ ਕਿ ਪਜਾਊ ਵਧੇ ਆਪਣੇ ਜੋ ਵੀ। ਅਤੇ ਜਿਹੜਾ ਤੁਹਾਡਾ ਵੀ ਕਹਿਣ ਦਾ ਭਾਵ ਹੈ ਕਿ ਜਿਹੜੇ ਕਿਸਾਨ ਪਰਾਲੀ ਨੂੰ ਅੱਗ ਲਾਉਂਦੇ ਉਹ ਕਿਸਾਨ ਪਰਾਲੀ ਨੂੰ ਨਾ ਅੱਗ ਲਾਉਣ, ਸਾਡੇ ਨਾਲ ਸੰਪਰਕ ਕਰ, ਅਸੀਂ ਵੱਧ ਤੋਂ ਵੱਧ ਉਹਨਾਂ ਦਾ ਸਹਿਯੋਗ ਦਿਓ। ਅਤੇ ਇਹਦੇ ਨਾਲ ਫਸਲ ਤਾਂ ਕੋਈ ਬਰਬਾਦੀ ਤਾਂ ਨਹੀਂ ਹੁੰਦੀ ਕਿਸੇ ਦੀ? ਨਹੀਂ ਨਹੀਂ, ਬਰਬਾਦੀ ਨਹੀਂ ਹੁੰਦੀ, ਸਗੋਂ ਉਪਜਾਊ ਜ਼ਿਆਦਾ ਵਧੀ ਹੋ ਜਾਂਦੇ ਨਾਲ। ਅੱਛਾ, ਜਿਹੜੇ ਕਾਣ ਹੁੰਦੇ ਆ ਉਹ ਆਪਾਂ ਅੱਗ ਲਾਉਂਦੇ ਹਾਂ, ਉਹ ਅੱਗ ਨਾਲ ਸਾੜ ਜਾਂਦੇ ਆ ਜੀ। ਉਹ ਆਪਣੇ ਜਿਹੜੇ ਉਪਜਾਊ ਰਹਿਣਗੇ ਵਿੱਚ ਜੀ, ਵਿੱਚ ਵਿੱਚ ਹੀ ਵਾਓ, ਵਿੱਚ ਫਸਲ ਉਗਾਓ, ਸਗੋਂ ਦੁੱਗਣਾ ਹੀ ਫਸਲ ਤਿਆਰ ਹੁੰਦੀ ਹੈ। Thank you.